ਸਤਿ ਸ਼੍ਰੀ ਅਕਾਲ ਦੋਸਤੋ, ਖਾਲਸਾ ਟੀ ਵੀ ਚੈਨਲ ਤੋਂ ਮੈਂ ਹਾਂ ਐਮ ਕੌਰ। ਕਹਿੰਦੇ ਨੇ 2020 ਇੱਕ ਆਟਾ ਜਾਂ ਵਾਧਾ ਨੱਪਣ ਦਾ ਸਾਲ ਨਹੀਂ, ਇਹ ਸਾਲ ਹੈ ਜ਼ਿੰਦਗੀ ਨੂੰ ਬਚਾਉਣ ਦਾ। ਕਿਸੇ ਨੇ ਸ਼ਾਇਦ ਇਹ ਨਹੀਂ ਸੀ ਸੋਚਿਆ ਕਿ ਇਹ ਦੁਨੀਆ ਇੱਕਦਮ ਰੁਕ ਜਾਵੇਗੀ। ਸਭ ਪਾਸੇ ਉਜਾੜ, ਸੜਕਾਂ ਸੁੰਨੀਆਂ, ਬਾਜ਼ਾਰ ਸੁੰਨੇ, ਅਤੇ ਮਨੁੱਖ ਆਪਣੇ ਹੀ ਘਰ ਦੇ ਵਿੱਚ ਕੈਦ ਹੋ ਕੇ ਰਹਿ ਜਾਵੇਗਾ। ਇਹਨਾਂ ਹਾਲਾਤਾਂ ਨੇ ਇੱਕ ਇਨਸਾਨ ਨੂੰ ਇਤਨਾ ਮਜਬੂਰ ਕਰ ਦਿੱਤਾ ਕਿ ਉਸਦੇ ਲਈ ਆਪਣੀ ਮੁੱਢਲੀ ਜ਼ਰੂਰਤਾਂ ਨੂੰ ਪੂਰਾ ਕਰਨਾ ਔਖਾ ਹੋ ਗਿਆ। ਇਹਨਾਂ ਹਾਲਾਤਾਂ ਦੇ ਚਲਦੇ ਬਹੁਤ ਸਾਰੇ ਲੋਕ ਮਾਨਸਿਕ ਤੌਰ ਤੋਂ ਬਿਮਾਰ ਹੋ ਗਏ, ਕੁਝ ਪੈਸੋ ਪੱਖੋਂ ਮਜਬੂਰ ਹੋ ਗਏ ਅਤੇ ਕੁਝ ਸਰੀਰ ਦੇ ਪੱਖੋਂ ਮਜਬੂਰ ਹੋ ਗਏ। ਇਸ ਮਾਨਸਿਕ ਬਿਮਾਰੀ ਦੇ ਚਲਦੇ ਕੁਝ ਲੋਕਾਂ ਨੇ ਮੌਤ ਨੂੰ ਆਪਣੇ ਗਲੇ ਲਗਾ ਲਿਆ, ਔਰ ਕੁਝ ਐਸੇ ਵੀ ਸਨ ਜਿਨ੍ਹਾਂ ਨੇ ਕੁਝ ਨਾ ਹੁੰਦੇ ਹੋਏ ਵੀ ਜ਼ਿੰਦਗੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਦਿਨ ਔਰ ਰਾਤ ਸਾਨੂੰ ਅਹਿਸਾਸ ਦਿਲਾਉਂਦੇ ਨੇ ਕਿ ਚਾਨਣ ਅਤੇ ਹਨੇਰਾ ਜ਼ਿੰਦਗੀ ਵਿੱਚ ਹਮੇਸ਼ਾ ਨਹੀਂ ਰਹਿੰਦਾ, ਉਸੇ ਤਰ੍ਹਾਂ ਦੁੱਖ ਔਰ ਸੁੱਖ ਸਦਾ ਲਈ ਜ਼ਿੰਦਗੀ ਵਿੱਚ ਕਦੇ ਨਹੀਂ ਰਹਿੰਦੇ। ਜੇ ਦੁੱਖਾਂ ਦੀ ਲੜੀ ਲੱਗੀ ਹੈ ਤਾਂ ਸੁੱਖਾਂ ਦੀ ਬਹਾਰ ਵੀ ਜ਼ਰੂਰ ਆਏਗੀ। ਜ਼ਰੂਰਤ ਹੈ ਹਿੰਮਤ ਅਤੇ ਹੌਸਲੇ ਦੀ। ਅੱਜ ਮੈਨੂੰ ਬਾਬਾ ਬੁੱਲੇ ਸ਼ਾਹ ਦਾ ਉਹ ਕਲਾਮ ਚੇਤੇ ਆ ਗਿਆ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਚੜ੍ਹਦੇ ਸੂਰਜ ਟਲਦੇ ਵੇਖੇ, ਬੁੱਝਦੇ ਦੀਵੇ ਬਲਦੇ ਵੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਰੇਖੇ, ਜਿਨ੍ਹਾਂ ਦਾ ਨਾ ਜੱਗ 'ਤੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ, ਉਸਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ। ਲੋਕੀ ਕਹਿੰਦੇ ਦਾਲ ਨਹੀਂ ਗਲਣੀ, ਲੋਕੀ ਕਹਿੰਦੇ ਦਾਲ ਨਹੀਂ ਗਲਣੀ, ਮੈਂ ਤਾਂ ਪੱਥਰ ਗਲਦੇ ਵੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਉਹ ਮਲਦੇ ਵੇਖੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ 'ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ, ਮੈਂ ਕਿਉਂ ਨਾ ਸ਼ੁਕਰ ਮਨਾਵਾਂ। ਸਾਨੂੰ ਰੱਬ ਨੇ ਬਹੁਤ ਸਾਰੀਆਂ ਨੇਮਤਾਂ ਵੀ ਬਖਸ਼ੀਆਂ ਨੇ, ਜ਼ਰੂਰਤ ਹੈ ਉਹਨਾਂ ਨੂੰ ਪਹਿਚਾਨਣ ਦੀ। ਸਾਡੇ ਰਿਸ਼ਤੇ ਬਚ ਜਾਣ, ਸਾਡਾ ਪਰਿਵਾਰ ਬਚ ਜਾਏ, ਸਾਡੇ ਆਸ ਪਾਸ ਦੇ ਲੋਕ ਜਿਹੜੇ ਨੇ ਉਹ ਖੁਸ਼ਹਾਲ ਹੋਣ, ਤਾਂ ਸਮਝੋ ਜ਼ਿੰਦਗੀ ਦੀ ਕੀਮਤ ਮਿਲ ਗਈ। ਅੱਜ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਮੂਲ ਮੰਤਰ ਸਾਂਝੇ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲਾ ਮੰਤਰ ਹੈ, ਹਮੇਸ਼ਾ ਮੁਸਕੁਰਾਉਂਦੇ ਰਹੋ। ਕਹਿੰਦੇ ਨੇ ਜੇ ਤੁਹਾਡੇ ਚਿਹਰੇ 'ਤੇ ਸਮਾਈਲ ਹੈ ਤਾਂ ਸਮਝੋ ਤੁਹਾਡਾ ਪਰਿਵਾਰ ਵੀ ਖੁਸ਼ ਹੈ, ਪਰ ਜੇ ਤੁਸੀਂ ਉਦਾਸ ਹੋ ਤਾਂ ਤੁਹਾਡਾ ਪਰਿਵਾਰ ਤਾਂ ਹਮੇਸ਼ਾ ਲਈ ਉਦਾਸ ਹੀ ਰਹੇਗਾ। ਇਸ ਕਰਕੇ ਹਰ ਕੜੀ ਦੇ ਵਿੱਚ ਹੱਸਣਾ ਸਿੱਖੋ, ਖੁਸ਼ ਰਹਿਣਾ ਸਿੱਖੋ। ਕਹਿੰਦੇ ਨੇ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿ ਬੰਦਿਆ, ਜੋ ਉਹਨੇ ਕਰਨਾ ਹੈ ਉਹੀ ਹੋਏਗਾ, ਔਰ ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਜ਼ਰੂਰ ਮਿਲੇਗਾ। ਇਸੇ ਕਰਕੇ ਖੁਸ਼ ਰਹਿਣਾ, ਖੁਸ਼ਹਾਲ ਰਹਿਣਾ ਔਰ ਲੋਕਾਂ ਦੇ ਵਿੱਚ ਖੁਸ਼ੀਆਂ ਵੰਡਣਾ, ਇਹ ਬਹੁਤ ਜ਼ਰੂਰੀ ਹੈ। ਔਰ ਆਪਣੇ ਮਨ ਦੇ ਅੰਦਰ ਜੋ ਕੁਛ ਵੀ ਨੈਗੇਟਿਵ, ਕਹਿੰਦੇ ਨੇ ਇਨਸਾਨ ਸਾਰਾ ਦਿਨ ਦੇ ਵਿੱਚ ਕਦੀ ਨੈਗੇਟਿਵ ਕਦੀ ਪੋਜ਼ਿਟਿਵ ਹੁੰਦਾ ਹੈ, ਬਹੁਤ ਸਾਰੀਆਂ ਐਸੀ ਨੇ ਜਿਹੜੀਆਂ ਤੁਹਾਨੂੰ ਕਮਜ਼ੋਰ ਕਰ ਦਿੰਦੀਆਂ ਨੇ, ਲੇਕਿਨ ਜੇ ਤੁਸੀਂ ਅੰਦਰੋਂ ਮਜ਼ਬੂਤ ਰਹੋ ਤਾਂ ਸ਼ਾਇਦ ਕੋਈ ਵੀ ਚੀਜ਼ ਤੁਹਾਡੇ 'ਤੇ ਹਾਵੀ ਨਹੀਂ ਹੋਏਗੀ। ਕਹਿੰਦੇ ਆਪਣੀ ਸੋਚ ਇਤਨੀ ਪੋਜ਼ਿਟਿਵ ਕਰ ਲਓ ਕਿ ਤੁਹਾਡਾ ਦਿਮਾਗ ਤੁਹਾਡੇ ਕੰਟਰੋਲ ਵਿੱਚ ਆਏ, ਨਾ ਕਿ ਤੁਸੀਂ ਇਹਨਾਂ ਸੋਚਾਂ ਦੇ ਕੰਟਰੋਲ ਦੇ ਵਿੱਚ ਆਓ। ਜੇ ਤੁਸੀਂ ਪੋਜ਼ਿਟਿਵ ਹੋ ਤਾਂ ਦੁਨੀਆ ਦੇ ਵਿੱਚ ਤੁਸੀਂ ਕੁਛ ਵੀ ਕਰ ਸਕਦੇ ਹੋ, ਹਰ ਮਜਬੂਰੀ ਹਰ ਪਰੇਸ਼ਾਨੀ ਦਾ ਮੁਕਾਬਲਾ ਕਰ ਸਕਦੇ ਹੋ। ਇਸੇ ਕਰਕੇ ਜ਼ਿੰਦਗੀ ਦੇ ਵਿੱਚ ਹੱਸਦੇ ਰਹੋ, ਖੁਸ਼ੀਆਂ ਵੰਡੋ, ਆਪਣੀ ਪ੍ਰੋਬਲਮ ਜਿਹੜੀਆਂ ਹੈ ਉਹ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕਰੋ, ਆਪਣੇ ਦੋਸਤਾਂ ਦੇ ਨਾਲ ਸਾਂਝੀਆਂ ਕਰੋ। ਜ਼ਿੰਦਗੀ ਵਿੱਚ ਕਦੇ ਵੀ ਕੋਈ ਨੈਗੇਟਿਵ ਸਟੈਪ ਉਠਾਉਣ ਤੋਂ ਪਹਿਲਾਂ ਇਹ ਜ਼ਰੂਰ ਸੋਚੋ ਕਿ ਮੇਰੀ ਜ਼ਿੰਦਗੀ ਬਹੁਤ ਕੀਮਤੀ ਹੈ। ਜੇ ਜ਼ਿੰਦਗੀ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਹਸਪਤਾਲਾਂ ਵਿੱਚ ਆਓ। ਐਸੇ ਐਸੇ ਲੋਕ ਨੇ ਜੋ ਜ਼ਿੰਦਗੀ ਜੀਣ ਲਈ ਤੜਪ ਰਹੇ ਨੇ, ਅਰਦਾਸ ਕਰਦੇ ਨੇ ਰੱਬ ਨੂੰ, ਇਤਨਾ ਪੈਸਾ ਹੈ, ਸਭ ਕੁਛ ਹੈ, ਲੇਕਿਨ ਫਿਰ ਵੀ ਉਹਨਾਂ ਦੀ ਜ਼ਿੰਦਗੀ ਨਹੀਂ ਬਚ ਸਕਦੀ। ਇਸੇ ਲਈ ਇਹ ਜ਼ਰੂਰ ਸਮਝੋ ਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ, ਔਰ ਇਸ ਕੀਮਤੀ ਜ਼ਿੰਦਗੀ ਨੂੰ ਅਸੀਂ ਕਿਸੇ ਨਾ ਕਿਸੇ ਲੇਖੇ ਜ਼ਰੂਰ ਲਗਾਉਣਾ ਹੈ, ਲੋਕਾਂ ਦਾ ਭਲਾ ਕਰਕੇ, ਆਪਣਾ ਭਲਾ ਕਰਕੇ, ਔਰ ਦੁਨੀਆ ਦੇ ਵਿੱਚ ਖੁਸ਼ੀਆਂ ਵੰਡ ਕੇ। ਕਿਉਂਕਿ ਇਹ ਜੀਣਾ, ਮਰਨਾ, ਸੁੱਖ
दुख ये तुहाडे कंट्रोल दे विच नहीं। साडे कंट्रोल दे विच अगर है तो जिंदगी नू जीना, सही ढंग दे नाल जीना। इसलिए जियो बिंदास, खुशियां वंडो, हासे वंडो, लोकां दे सहयोग करो और करोना पीरियड दे विचों निकलन लई हिम्मत रखो। जे तुहाडी हिम्मत, तुहाडी जोश, तुहाडा जज्बा हमेशा लई बनिया रहेगा तो कोई भी बीमारी, कोई भी प्रॉब्लम, कोई भी परेशानी थोड़ा कुछ नहीं बिगाड़ सकती। सो खालसा टीवी चैनल तो मैं एम कौर, थोड़ा सब का बहुत बहुत धन्यवाद।